ਤਰਨ ਤਾਰਨ ਠਾਕੁਰ ਦੁਆਰਾ ਮਦਨ ਮੋਹਨ ਮੰਦਿਰ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਜਿਹੜੀ ਆ ਸਮੂਹ ਸੰਗਤਾਂ ਵੱਲੋਂ ਔਰ ਸਭਾ ਸੁਸਾਇਟੀਆਂ ਵੱਲੋਂ ਜਿਹੜੀ ਆ ਸ਼ਰਧਾ ਪੂਰਵਕ ਧੂਮਧਾਮ ਨਾਲ ਜਿਹੜੀ ਮਨਾਈ ਜਾ ਰਹੀ ਆ ਔਰ ਮੰਦਿਰ ਦੇ ਵਿੱਚ ਇਸ ਵੇਲੇ ਜਿਹੜਾ ਸੰਗਤਾਂ ਦਾ ਸੈਲਾਬ ਉਤਰਿਆ ਵਾ ਔਰ ਸੈਲਾਬ ਇਸ ਉਮੜਿਆ ਪਿਆ ਹੋਇਆ ਵਾ ਔਰ ਸੰਗਤਾਂ ਜਿਹੜੀਆਂ ਵਾ ਕ੍ਰਿਸ਼ਨ ਭਗਵਾਨ ਨੂੰ ਜਿਹੜੇ ਆ ਉਹ ਇਸ ਵੇਲੇ ਇੱਥੇ ਝੂਲੇ ਦੇ ਵਿੱਚ ਝੂਟੇ ਵੀ ਦੇ ਰਹੇ ਆ ਔਰ ਮੰਦਿਰ ਦੇ ਵਿੱਚ ਰੌਣਕਾਂ ਵਧੀਆਂ ਹੋਈਆਂ ਵਾ ਔਰ ਛੋਟੇ ਛੋਟੇ ਬੱਚਿਆਂ ਨੂੰ ਇਸ ਵੇਲੇ ਕ੍ਰਿਸ਼ਨ ਅਤੇ ਰਾਧਾ ਦੇ ਰੂਪ ਦੇ ਵਿੱਚ ਬਣਾ ਕੇ ਇੱਥੋਂ ਘਰੋਂ ਲੈ ਕੇ ਆਏ ਆ ਔਰ ਮੰਦਿਰ ਦੇ ਵਿੱਚ ਇਸ ਵੇਲੇ ਵੇਖਿਆ ਜਾ ਰਿਹਾ ਵਾ ਵੀ ਪੂਰੀਆਂ ਰੌਣਕਾਂ ਵਾ ਔਰ ਸ਼ਹਿਰ ਵਾਸੀ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਉਹ ਇਸ ਤਿਉਹਾਰ ਨੂੰ ਜਿਹੜਾ ਵਾ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸ਼ਰਧਾ ਪੂਰਵਕ ਧੂਮਧਾਮ ਨਾਲ ਰਲ ਮਿਲ ਕੇ ਜਿਹੜੇ ਮਨਾ ਰਹੇ ਆ ਔਰ ਸੰਗਤਾਂ ਵਾਸਤੇ ਜਿਹੜਾ ਵਾ ਇੱਥੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਪਕਵਾਨਾਂ ਦੇ ਵੀ ਪ੍ਰਬੰਧ ਕੀਤੇ ਗਏ ਆ ਔਰ ਸੰਗਤਾਂ ਜਿਹੜੇ ਆ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਵਾ ਔਰ ਮੰਦਿਰ ਦੇ ਵਿੱਚ ਨਤਮਸਤਕ ਹੋ ਰਹੀਆਂ ਵਾ। ਮਨਵਿੰਦਰ ਮਿਲਾਪਰੋ ਟੀਵੀ ਤਰਨ ਤਾਰਨ। ਕੇ ਬਿਹਾਰੀ ਲਾਲ ਕੀਜ। ਮੈਂ ਪੰਡਿਤ ਮਹਾਵੀਰ ਪ੍ਰਸਾਦ ਸ਼ਰਮਾ, ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਿਰ ਤਰਨ ਤਾਰਨ। ਆਜ ਇਤਨਾ ਜੋ ਭਕਤੋਂ ਕਾ ਆਪ ਸੈਲਾਬ ਦੇਖ ਰਹੇ ਹੈ ਇਸ ਮੰਦਿਰ ਕੇ ਅੰਦਰ, ਆਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਾ ਜਨਮ ਦਿਵਸ ਹੈ, ਜਿਸਕੋ ਬੋਲਦੇ ਕ੍ਰਿਸ਼ਨ ਜਨਮ ਅਸ਼ਟਮੀ। ਰੋਹਿਣੀ ਨਕਸ਼ਤਰ ਅਸ਼ਟਮੀ ਕੇ ਦਿਨ ਰਾਤਰੀ ਕੇ 12 ਵਜੇ ਭਗਵਾਨ ਸ਼੍ਰੀ ਕ੍ਰਿਸ਼ਨ ਕਾ ਮਥੁਰਾ ਮੇ ਕੰਸ ਕੀ ਜੇਲ ਮੇ ਜਨਮ ਹੁਆ ਔਰ ਵਹਾਂ ਸੇ ਫਿਰ ਗੋਕੁਲ ਗਏ। ਵਹੀ ਭਗਵਾਨ ਸ਼੍ਰੀ ਕ੍ਰਿਸ਼ਨ ਕਾ ਜਨਮ ਉਤਸਵ ਆਜ ਇਸ ਭਾਰਤ ਵਰਸ਼ ਮੇ ਨਹੀਂ ਸਾਰੇ ਵਿਸ਼ਵ ਕੇ ਅੰਦਰ ਦੇਸ਼ ਵਿਦੇਸ਼ੋਂ ਮੇ ਵੀ ਇਹ ਜਨਮ ਉਤਸਵ ਮਨਾਇਆ ਜਾ ਰਹਾ ਹੈ। ਇਹ ਇੱਕ ਧਰਮ ਸੇ ਨਹੀਂ ਸਭੀ ਧਰਮੋਂ ਕੇ ਵਿਅਕਤੀ ਯਹਾਂ ਆ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਕੇ ਚਰਨੋਂ ਮੇ ਪ੍ਰਣਾਮ ਕਰਕੇ ਹਾਥ ਜੋੜ ਕਰਕੇ ਆਪਣੇ ਪਰਿਵਾਰ ਕੇ ਲਈ, ਸੁੱਖ ਸ਼ਾਂਤੀ ਕੇ ਲਈ, ਕਾਰੋਬਾਰੀ ਵਿਰਧੀ ਕੇ ਲਈ, ਭਗਵਾਨ ਕੀ ਭਗਤੀ ਪ੍ਰਾਪਤੀ ਕੇ ਲਈ ਹਾਥ ਜੁੜ ਕਰਕੇ ਸਭੀ ਅਰਦਾਸ ਕਰ ਰਹੇ ਹੈ ਔਰ ਭਗਵਾਨ ਸ਼੍ਰੀ ਕ੍ਰਿਸ਼ਨ ਉਨਕੀ ਮਨੋਕਾਮਨਾ ਕੋ ਪੂਰਨ ਕਰੇ। ਹਮਾਰਾ ਵੀ ਆਸ਼ੀਰਵਾਦ ਹੈ, ਭਗਵਾਨ ਕਾ ਵੀ ਆਸ਼ੀਰਵਾਦ ਹੈ, ਸਭੀ ਨਗਰ ਵਾਸੀਓ ਕੋ, ਜਨ ਜਾਤੀਓ ਕੋ, ਸਭੀ ਕੋ ਆਸ਼ੀਰਵਾਦ ਹੈ ਕਿ ਸਭੀ ਪਰਿਵਾਰ ਮੰਗਲਮਯ ਰਹੇ। ਲਾਲ ਬਣਾਇਆ ਮਨੋਕਾਮਨਾ ਇਹੀ ਹੈ ਵੀ ਬਸ ਕ੍ਰਿਸ਼ਨ ਜੀ, ਮਾਤਾ ਰਾਣੀ ਇਹਨਾਂ ਦੇ ਮੇਰੇ ਭਰਿਆ ਹੱਥ ਰੱਖਣ। ਕੀ ਹੁੰਦੀ ਸੁਪਨਾ ਹੁੰਦੀ ਹੈ, ਕੀ ਹੁੰਦੀ ਹੈ, ਕਾਹਦੇ ਵਾਸਤੇ ਅੱਜ ਜਿਹੜਾ ਬਸ ਮੱਥਾ ਟਿਕਾਉਣ ਲੈ ਕੇ ਆਏ ਹਾਂ। ਹਾਂਜੀ, ਤਰਨ ਤਾਰਨ ਵਾਲਿਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦਾ ਅਤੇ ਦੁਆ ਕਰਦਾ ਵੀ ਇਹ ਸ਼ਹਿਰ ਹਮੇਸ਼ਾ ਗੰਦੇ ਕਰਮਾਂ ਤੋਂ ਬਚਿਆ ਰਹੇ ਅਤੇ ਸ਼ਹਿਰ ਤਰੱਕੀ ਕਰੇ ਅਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ। ਪਰਮਾਤਮਾ ਸਭ 'ਤੇ ਮਿਹਰ ਭਰਿਆ ਹੱਥ ਰੱਖੇ। ਜੈ ਸ਼੍ਰੀ ਕ੍ਰਿਸ਼ਨ। ਦਾ ਪਾਵਨ ਦਿਹਾੜਾ ਜਿਹੜਾ ਕਿ ਅੱਜ ਸ਼ਹਿਰ ਦੇ ਸਾਰੇ ਮੰਦਰਾਂ ਵਿੱਚ, ਜਿਨ੍ਹਾਂ ਵਿੱਚ ਪ੍ਰਮੁੱਖ ਸ਼੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਿਰ, ਸ਼੍ਰੀ ਦੇਵੀ ਦੁਆਰਾ ਚਿੰਤਪੁਰਨੀ ਮੰਦਿਰ ਅਤੇ ਸ਼੍ਰੀ ਸ਼ਿਵਾਲਾ ਮੰਦਿਰ ਵਿਖੇ
ਸ਼ਹਿਰ ਦੀਆਂ ਸਾਰੀਆਂ ਹੀ ਪ੍ਰਮੁੱਖ ਧਾਰਮਿਕ ਸੰਸਥਾਵਾਂ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਬੜੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਵਾ। ਇਸ ਮੌਕੇ 'ਤੇ ਅਸੀਂ ਸ਼੍ਰੀ ਗਣੇਸ਼ ਸੇਵਕ ਦਲ ਵੱਲੋਂ ਅਤੇ ਹੋਰਨਾਂ ਸੰਸਥਾਵਾਂ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਅਤੇ ਕਾਮਨਾ ਕਰਦੇ ਹਾਂ ਕਿ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਉਤਸ਼ਾਹ ਨਾਲ ਮੰਦਰਾਂ ਵਿੱਚ ਪਹੁੰਚਣਗੇ ਅਤੇ ਹਰ ਇੱਕ ਦਿਹਾੜੇ ਨੂੰ ਮਨਾਉਣ ਵਿੱਚ ਪੂਰਾ ਸਹਿਯੋਗ ਦੇਣਗੇ। ਇਸ ਮੌਕੇ 'ਤੇ ਮੰਦਰਾਂ ਵਿੱਚ ਬਹੁਤ ਕੀਰਤਨ ਦਰਬਾਰ ਵੀ ਚੱਲ ਰਹੇ ਹਨ। ਸਾਰੀਆਂ ਸੰਸਥਾਵਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਲੰਗਰ ਭੰਡਾਰੇ ਅਤੇ ਪ੍ਰਸ਼ਾਦ ਜਿਹੜਾ ਕਿ ਸੰਗਤਾਂ 'ਚ ਟੁੱਟ ਵਰਤਾਇਆ ਜਾ ਰਿਹਾ ਵਾ, ਸੰਗਤਾਂ 'ਚ ਵੀ ਇਸ ਮੌਕੇ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਵਾ। ਬੋਲੋ ਜੈ ਸ਼੍ਰੀ ਰਾਧੇ ਰਾਧੇ। ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਸ ਵਾਰ ਮੈਂ ਆਪਣੇ ਬੇਟੇ ਨੂੰ ਤੀਸਰੀ ਵਾਰ ਕ੍ਰਿਸ਼ਨਾ ਬਣਾ ਰਹੀ ਹੈ। ਮੈਨੂੰ ਬਹੁਤ ਖੁਸ਼ੀ ਆ ਕ੍ਰਿਸ਼ਨਾ ਬਣਾਉਣ, ਕ੍ਰਿਸ਼ਨਾ ਜਨਮ ਅਵਤਾਰ ਲੈਣ 'ਚ। ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਅਤੇ ਇਹ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਜੈ। ਮੈਂ ਰੋਹਿਤ ਅਹੁਜਾ, ਸ਼੍ਰੀ ਬਾਂਕੇ ਬਿਹਾਰੀ ਸੇਵਕ ਸਭਾ ਵੱਲੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ, ਸਮੂਹ ਹਿੰਦੁਸਤਾਨ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਦੇਣਾ ਹਾਂ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਬੋਲ ਸ਼੍ਰੀ ਬਾਂਕੇ ਬਿਹਾਰੀ ਲਾਲ ਕੀ ਜੈ। ਆਪਣੇ ਸਮੂਹ ਹਿੰਦੂ ਭਾਈਚਾਰੇ ਨੂੰ ਅਤੇ ਆਪਣੇ ਭੈਣ ਭਰਾਵਾਂ ਨੂੰ ਅੱਜ ਭਗਵਾਨ ਕ੍ਰਿਸ਼ਨ ਜੀ ਦੇ ਜਿਹੜਾ ਜਨਮ ਦਿਵਸ ਕ੍ਰਿਸ਼ਨ ਜਨਮ ਅਸ਼ਟਮੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੀ ਲੱਖ ਲੱਖ ਵਧਾਈ ਦਿੰਦਾ ਅਤੇ ਆਪਣੀ ਪਾਰਟੀ ਵੱਲੋਂ ਵੀ ਉੱਥੇ ਹਾਜ਼ਰੀ ਲਵਾਉਣ ਲਈ, ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਹਾਜ਼ਰ ਹੋਇਆ ਸੀ। ਬਸ ਇੰਨਾ ਹੀ ਕਹਿਣਾ ਚਾਹਾਂਗੇ ਕਿ ਜਨਮ ਅਸ਼ਟਮੀ ਦਾ ਜਿਹੜਾ ਪਵਿੱਤਰ ਤਿਉਹਾਰ ਆ, ਜਿਹਨੂੰ ਆਪਾਂ ਲੋਕ ਸਾਰੇ ਰਲ ਮਿਲ ਕੇ, ਸਾਰੇ ਧਰਮ ਚਾਹੇ ਕੋਈ ਵੀ ਧਰਮ, ਰਲ ਮਿਲ ਕੇ ਖੁਸ਼ੀ ਨਾਲ ਮਨਾਉਂਦੇ ਹਾਂ। ਇਹਦੀ ਮੇਰੇ ਵੱਲੋਂ ਕੋਟਨ ਕੋਟ ਲੱਖ ਲੱਖ ਜਨਮ ਅਸ਼ਟਮੀ ਦੀ ਸਾਰਿਆਂ ਨੂੰ ਵਧਾਈ। ਥੈਂਕ ਯੂ ਵੱਲੋਂ ਅਤੇ ਆਪਣੇ ਕਾਂਗਰਸ ਪਾਰਟੀ ਦੇ ਪਰਿਵਾਰ ਵੱਲੋਂ ਸਾਰੇ ਹੀ ਤਰਨ ਤਾਰਨ ਸ਼ਹਿਰ ਦੇ ਨਿਵਾਸੀਆਂ ਨੂੰ ਜਨਮ ਅਸ਼ਟਮੀ ਦੀ ਲੱਖ ਲੱਖ ਵਧਾਈ ਦਿੰਦਾ ਅਤੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਕਿ ਜਿਹੜਾ ਸਾਡਾ ਸ਼ਹਿਰ ਦਾ ਭਾਈਚਾਰਾ ਆ ਉਹ ਇਸੇ ਤਰ੍ਹਾਂ ਹੀ ਕਾਇਮ ਰਹੇ। ਸਾਰਿਆਂ ਨੂੰ ਜਨਮ ਅਸ਼ਟਮੀ ਦੀ ਲੱਖ ਲੱਖ ਵਧਾਈ। ਤਰਨ ਤਾਰਨ ਹਲਕੇ ਦੇ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦੇ ਵਿੱਚ ਨਤਮਸਤਕ ਹੋਣ ਵਾਸਤੇ ਆਏ ਸੀਗੇ ਅਤੇ ਪੂਰੇ ਪਰਿਵਾਰ ਦੇ ਨਾਲ, ਆਪਣੇ ਸਮੁੱਚੀ ਕਾਂਗਰਸ ਦੇ ਵਰਕਰ ਦੇ ਨਾਲ ਪੂਰੇ ਸ਼ਹਿਰ ਵਾਸੀਆਂ ਨੂੰ ਜਨਮ ਅਸ਼ਟਮੀ ਦੀ ਬਹੁਤ ਬਹੁਤ ਵਧਾਈ ਦਿੰਦੇ ਹਨ। ਤਰਨ ਤਾਰਨ ਠਾਕੁਰ ਦੁਆਰਾ ਮਦਨ ਮੋਹਨ ਮੰਦਿਰ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਜਿਹੜੀ ਆ ਸਮੂਹ ਸੰਗਤਾਂ ਵੱਲੋਂ ਔਰ ਸਭਾ ਸੁਸਾਇਟੀਆਂ ਵੱਲੋਂ ਜਿਹੜੀ ਆ ਸ਼ਰਧਾ ਪੂਰਵਕ ਧੂਮਧਾਮ ਨਾਲ ਜਿਹੜੀ ਮਨਾਈ ਜਾ ਰਹੀ ਆ। ਔਰ ਮੰਦਿਰ ਦੇ ਵਿੱਚ ਇਸ ਵੇਲੇ ਜਿਹੜਾ ਸੰਗਤਾਂ ਦਾ ਸੈਲਾਬ ਉਤਰਿਆ ਵਾ ਔਰ ਸੈਲਾਬ ਇਸ ਉਮੜਿਆ ਪਿਆ ਹੋਇਆ ਵਾ ਔਰ ਸੰਗਤਾਂ ਜਿਹੜੀਆਂ ਵਾ ਕ੍ਰਿਸ਼ਨ ਭਗਵਾਨ ਨੂੰ ਜਿਹੜੇ ਆ ਉਹ ਇਸ ਵੇਲੇ ਇੱਥੇ ਝੂਲੇ ਦੇ ਵਿੱਚ ਝੂਟੇ ਵੀ ਦੇ ਰਹੇ ਆ ਔਰ ਮੰਦਿਰ ਦੇ ਵਿੱਚ ਰੌਣਕਾਂ ਵਧੀਆਂ ਹੋਈਆਂ ਵਾ ਔਰ ਛੋਟੇ ਛੋਟੇ ਬੱਚਿਆਂ ਨੂੰ ਇਸ ਵੇਲੇ ਕ੍ਰਿਸ਼ਨ ਅਤੇ ਰਾਧਾ ਦੇ ਰੂਪ ਦੇ ਵਿੱਚ ਬਣਾ ਕੇ ਇੱਥੋਂ ਘਰੋਂ ਲੈ ਕੇ ਆਏ ਆ ਔਰ ਮੰਦਿਰ ਦੇ ਵਿੱਚ ਇਸ ਵੇਲੇ ਵੇਖਿਆ ਜਾ ਰਿਹਾ ਵਾ ਵੀ ਪੂਰੀਆਂ ਰੌਣਕਾਂ ਵਾ ਔਰ ਸ਼ਹਿਰ ਵਾਸੀ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਉਹ ਇਸ ਤਿਉਹਾਰ ਨੂੰ ਜਿਹੜਾ ਵਾ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸ਼ਰਧਾ ਪੂਰਵਕ ਧੂਮਧਾਮ ਨਾਲ ਰਲ ਮਿਲ ਕੇ ਜਿਹੜੇ ਮਨਾ ਰਹੇ ਆ ਔਰ ਸੰਗਤਾਂ ਵਾਸਤੇ ਜਿਹੜਾ ਵਾ ਇੱਥੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਪਕਵਾਨਾਂ ਦੇ ਵੀ ਪ੍ਰਬੰਧ ਕੀਤੇ ਗਏ ਆ ਔਰ ਸੰਗਤਾਂ ਜਿਹੜੇ ਆ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਵਾ ਔਰ ਮੰਦਿਰ ਦੇ ਵਿੱਚ ਨਤਮਸਤਕ ਹੋ ਰਹੀਆਂ ਵਾ। ਮਨਵਿੰਦਰ ਮਿਲਾਪ ਰੋ ਟੀ ਵੀ ਤਰਨ ਤਾਰਨ। ਰੋਜ਼ ਹੀ ਆ
ਸ੍ਰੀ ਵਾਕੇ ਬਿਹਾਰੀ ਲਾਲ ਕੀ ਜੈ। ਮੈਂ ਪੰਡਿਤ ਮਹਾਵੀਰ ਪ੍ਰਸਾਦ ਸ਼ਰਮਾ, ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਿਰ ਤਰਨ ਤਾਰਨ। ਆਜ ਇਤਨਾ ਜੋ ਭਕਤੋਂ ਕਾ ਆਪ ਸੈਲਾਬ ਦੇਖ ਰਹੇ ਹੈ ਇਸ ਮੰਦਿਰ ਕੇ ਅੰਦਰ, ਆਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਾ ਜਨਮ ਦਿਵਸ ਹੈ, ਜਿਸਕੋ ਬੋਲਦੇ ਕ੍ਰਿਸ਼ਨ ਜਨਮ ਅਸ਼ਟਮੀ। ਰੋਹਿਣੀ ਨਕਸ਼ਤਰ ਅਸ਼ਟਮੀ ਕੇ ਦਿਨ ਰਾਤਰੀ ਕੇ 12 ਵਜੇ ਭਗਵਾਨ ਸ਼੍ਰੀ ਕ੍ਰਿਸ਼ਨ ਕਾ ਮਥੁਰਾ ਮੈਂ ਕੰਸ ਕੀ ਜੇਲ ਮੈਂ ਜਨਮ ਹੁਆ, ਔਰ ਵਹਾਂ ਸੇ ਫਿਰ ਗੋਕੁਲ ਗਏ, ਵਹੀ ਭਗਵਾਨ ਸ਼੍ਰੀ ਕ੍ਰਿਸ਼ਨ ਕਾ ਜਨਮ ਉਤਸਵ ਆਜ ਇਸ ਭਾਰਤ ਵਰਸ਼ ਮੈਂ ਨਹੀਂ ਸਾਰੇ ਵਿਸ਼ਵ ਕੇ ਅੰਦਰ ਦੇਸ਼ ਵਿਦੇਸ਼ੋਂ ਮੈਂ ਵੀ ਇਹ ਜਨਮ ਉਤਸਵ ਮਨਾਇਆ ਜਾ ਰਹਾ ਹੈ। ਇਹ ਏਕ ਧਰਮ ਸੇ ਨਹੀਂ ਸਭੀ ਧਰਮੋਂ ਕੇ ਵਿਅਕਤੀ ਯਹਾਂ ਆ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਕੇ ਚਰਨੋਂ ਮੈਂ ਪ੍ਰਣਾਮ ਕਰਕੇ ਹਾਥ ਜੋੜ ਕਰਕੇ ਆਪਣੇ ਪਰਿਵਾਰ ਕੇ ਲਈ, ਸੁੱਖ ਸ਼ਾਂਤੀ ਕੇ ਲਈ, ਕਾਰੋਬਾਰੀ ਵ੍ਰਿਧੀ ਕੇ ਲਈ, ਭਗਵਾਨ ਕੀ ਭਗਤੀ ਪ੍ਰਾਪਤੀ ਕੇ ਲਈ ਹਾਥ ਜੋੜ ਕਰਕੇ ਸਭੀ ਅਰਦਾਸ ਕਰ ਰਹੇ ਹੈ, ਔਰ ਭਗਵਾਨ ਸ਼੍ਰੀ ਕ੍ਰਿਸ਼ਨ ਉਨਕੀ ਮਨੋਕਾਮਨਾ ਕੋ ਪੂਰਨ ਕਰੇ। ਹਮਾਰਾ ਵੀ ਆਸ਼ੀਰਵਾਦ ਹੈ, ਭਗਵਾਨ ਕਾ ਵੀ ਆਸ਼ੀਰਵਾਦ ਹੈ, ਸਭੀ ਨਗਰ ਵਾਸੀਓ ਕੋ, ਜਨਜਾਤੀਓ ਕੋ, ਸਭੀ ਕੋ ਆਸ਼ੀਰਵਾਦ ਹੈ ਕਿ ਸਭੀ ਪਰਿਵਾਰ ਮੰਗਲਮਯ ਰਹੇ। ਮਨੋਕਾਮਨਾ ਇਹੀ ਹੈ ਵੀ ਬਸ ਕ੍ਰਿਸ਼ਨ ਜੀ ਮਾਤਾ ਰਾਣੀ ਇਹਨਾਂ 'ਤੇ ਮਿਹਰ ਭਰਿਆ ਹੱਥ ਰੱਖਣ। ਬਸ ਮੱਥਾ ਟਿਕਾਉਣ ਲੈ ਕੇ ਆਏ ਹਾਂ। ਹਾਂਜੀ ਤਰਨ ਤਾਰਨ ਵਾਲਿਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦਾ ਅਤੇ ਦੁਆ ਕਰਦਾ ਵੀ ਇਹ ਸ਼ਹਿਰ ਹਮੇਸ਼ਾ ਗੰਦੇ ਕਰਮਾਂ ਤੋਂ ਬਚਿਆ ਰਹੇ ਅਤੇ ਸ਼ਹਿਰ ਤਰੱਕੀ ਕਰੇ ਅਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ। ਪਰਮਾਤਮਾ ਸਭ 'ਤੇ ਮਿਹਰ ਭਰਿਆ ਹੱਥ ਰੱਖੇ। ਜੈ ਸ਼੍ਰੀ ਕ੍ਰਿਸ਼ਨ। ਦਾ ਪਾਵਨ ਦਿਹਾੜਾ ਜਿਹੜਾ ਕਿ ਅੱਜ ਸ਼ਹਿਰ ਦੇ ਸਾਰੇ ਮੰਦਰਾਂ ਵਿੱਚ, ਜਿਨ੍ਹਾਂ ਵਿੱਚ ਪ੍ਰਮੁੱਖ ਸ਼੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਿਰ, ਸ਼੍ਰੀ ਦੇਵੀ ਦੁਆਰਾ ਚਿੰਤਪੁਰਨੀ ਮੰਦਿਰ ਅਤੇ ਸ਼੍ਰੀ ਸ਼ਿਵਾਲਾ ਮੰਦਿਰ ਵਿਖੇ ਸ਼ਹਿਰ ਦੀਆਂ ਸਾਰੀਆਂ ਹੀ ਪ੍ਰਮੁੱਖ ਧਾਰਮਿਕ ਸੰਸਥਾਵਾਂ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਬੜੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਵਾ। ਇਸ ਮੌਕੇ 'ਤੇ ਅਸੀਂ ਸ਼੍ਰੀ ਗਣੇਸ਼ ਸੇਵਕ ਦਲ ਵੱਲੋਂ ਅਤੇ ਹੋਰਨਾਂ ਸੰਸਥਾਵਾਂ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਅਤੇ ਕਾਮਨਾ ਕਰਦੇ ਹਾਂ ਕਿ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਉਤਸ਼ਾਹ ਨਾਲ ਮੰਦਰਾਂ ਵਿੱਚ ਪਹੁੰਚਣਗੇ ਅਤੇ ਹਰ ਇੱਕ ਦਿਹਾੜੇ ਨੂੰ ਮਨਾਉਣ ਵਿੱਚ ਪੂਰਾ ਸਹਿਯੋਗ ਦੇਣਗੇ। ਇਸ ਮੌਕੇ 'ਤੇ ਮੰਦਰਾਂ ਵਿੱਚ ਬਹੁਤ ਕੀਰਤਨ ਦਰਬਾਰ ਵੀ ਚੱਲ ਰਹੇ ਹਨ। ਸਾਰੀਆਂ ਸੰਸਥਾਵਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਲੰਗਰ ਭੰਡਾਰੇ ਅਤੇ ਪ੍ਰਸ਼ਾਦ ਜਿਹੜਾ ਕਿ ਸੰਗਤਾਂ 'ਚ ਟੁੱਟ ਵਰਤਾਇਆ ਜਾ ਰਿਹਾ ਵਾ, ਸੰਗਤਾਂ 'ਚ ਵੀ ਇਸ ਮੌਕੇ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਵਾ। ਬੋਲੋ ਜੈ ਸ਼੍ਰੀ ਰਾਧੇ ਰਾਧੇ। ਇੱਕ ਮਿੰਟ।